ਬਾਈ ਇੱਧਰੋਂ ਆ ਰਹੀ ਸੀਗੀ ਫਰੀਦਕੋਟ ਵਾਲੀ ਸਾਈਡ ਤੋਂ ਪਰਲੀ ਸਾਈਡ, ਅਤੇ ਓਵਰ ਸਪੀਡ ਹੋਣ ਕਰਕੇ ਗੱਡੀ ਮੁੜੀ ਨਹੀਂ ਮੋੜ ਤੋਂ, ਅਤੇ ਸਿੱਧੀ ਇੱਧਰਲੀ ਸਾਈਡ ਆ ਵੱਜੀ, ਅਤੇ ਸਾਹਮਣੇ ਉਹ ਟਰੱਕ ਆ, ਤਾਂ ਟਰੱਕ ਨਾਲ ਜਾ ਟਕਰਾਈ ਟਰੱਕ। ਸਤਿ ਸ਼੍ਰੀ ਅਕਾਲ ਜੀ। ਵੈਸੇ ਤਾਂ ਜੀ ਨਹੀਂ ਕਰਦਾ ਹੁੰਦਾ ਨਾ ਇਹੋ ਜਿਹੀਆਂ ਵੀਡੀਓ ਪਾਉਣ ਨੂੰ ਯਾਰ, ਪਰ ਜਦੋਂ ਕੋਈ ਗਲਤੀਆਂ ਕਰ ਬਹਿੰਦੇ ਨਾ ਉਦੋਂ ਖਮਿਆਜਾ ਆਪਣੇ ਪਰਿਵਾਰ ਨੂੰ ਭੁਗਤਣਾ ਪੈਂਦਾ ਗਾ, ਹੈ ਨਾ। ਤਾਂ ਇੱਦਾਂ ਹੀ ਹੋਇਆ, ਆਪਣੇ ਪਿੰਡ ਕੋਲ ਐਕਸੀਡੈਂਟ ਹੋਇਆ, ਗੱਡੀ ਓਵਰ ਸਪੀਡ ਹੋਣ ਕਰਕੇ ਰੋਂਗ ਸਾਈਡ ਆ ਵੜੀ ਟਰੱਕ ਹੇਠ, ਤਾਂ ਮੁੰਡੇ ਦੀ ਡੈਥ ਹੋ ਗਈ। ਤਾਂ ਕਾਰਨ ਕੀ ਰਹਿੰਦਾ, ਆਪਣੀ ਓਵਰ ਸਪੀਡ ਜਾਂ ਹੋਰ ਗਲਤੀਆਂ ਹੁੰਦੀਆਂ, ਹੈ ਨਾ। ਤਾਂ ਇਹਨਾਂ ਕਰਕੇ ਵੀ ਆਪਾਂ ਨੂੰ ਨੁਕਸਾਨ ਭੁਗਤਣਾ ਪੈਂਦਾ। ਤਾਂ ਬਾਈ ਇੱਧਰੋਂ ਆ ਰਹੀ ਸੀਗੀ ਫਰੀਦਕੋਟ ਵਾਲੀ ਸਾਈਡ ਤੋਂ ਪਰਲੀ ਸਾਈਡ, ਅਤੇ ਓਵਰ ਸਪੀਡ ਹੋਣ ਕਰਕੇ ਗੱਡੀ ਮੁੜੀ ਨਹੀਂ ਮੋੜ ਤੋਂ, ਅਤੇ ਸਿੱਧੀ ਇੱਧਰਲੀ ਸਾਈਡ ਆ ਵੱਜੀ, ਅਤੇ ਸਾਹਮਣੇ ਉਹ ਟਰੱਕ ਆ, ਤਾਂ ਟਰੱਕ ਨਾਲ ਜਾ ਟਕਰਾਈ, ਟਰੱਕ ਆਪਦੀ ਸਾਈਡ ਆ ਰਿਹਾ ਸੀ ਨਾ, ਦੱਸਣ ਦੇ ਮੁਤਾਬਕ ਕਹਿ ਰਹੇ ਲੋਕ। ਅਤੇ ਬਾਈ ਇਹਦੇ ਵਿੱਚ ਸੀ ਡੈਥ ਹੋ ਗਈ, ਹੈ ਨਾ। ਸੋ ਮਾੜੀ ਗੱਲ ਆ, ਪਰ ਇਹ ਜੀ ਨਹੀਂ ਕਰਦਾ ਇੱਦਾਂ ਦੀ, ਹੈ ਨਾ, ਵੀ ਕੀ ਕਹਿੰਦੇ ਨੇ ਵਿਊ ਲੈਣ ਖਾਤਰ। ਪਰ ਯਾਰ ਸਪੀਡ ਕੰਟਰੋਲ 'ਚ ਰੱਖ ਕੇ ਚਲਾਇਆ ਕਰੋ ਨਾ, ਬਾਕੀ ਜਿਹੜੇ ਕਹਿੰਦੇ ਹੁੰਦੇ ਨਾ ਵੀ ਆਈ ਹੋਵੇ ਤਾਂ ਫਿਰ ਬਹਾਨਾ ਬਣ ਜਾਂਦਾ। ਤਾਂ ਸਾਹਮਣੇ ਉਹ ਟਰੱਕ ਆ, ਅਤੇ ਟਰੱਕ ਜਾ ਕੇ ਥੱਲੇ ਡਿੱਗ ਪਿਆ, ਉਹ ਵੀ ਬਿਲਕੁਲ ਉਹਦਾ ਜਿਹੜਾ ਹੁੰਦਾ ਗਾ ਕੈਬਨ ਵਗੈਰਾ ਟੁੱਟ ਕੇ ਡਿੱਗ ਪਿਆ, ਪਰ ਉਹ ਬੱਚਤ ਹਜੇ ਡਰਾਈਵਰ ਦੀ। ਪਰ ਆਹ ਨੁਕਸਾਨ ਬਹੁਤ ਜ਼ਿਆਦਾ ਨੁਕਸਾਨ ਹੈਗਾ, ਸਵਿਫਟ ਗੱਡੀ ਸੀ। ਅਤੇ ਇੱਧਰ ਸਾਈਡ ਖੂਨ ਵਗੈਰਾ ਡੁੱਲਿਆ ਪਿਆ, ਪਰ ਉਹਨੂੰ ਦਿਖਾ ਨਹੀਂ ਸਕਦੇ ਸੀ। ਆਹ ਬਠਿੰਡਾ ਰੋਡ ਹੈ, ਅਤੇ ਸਾਹਮਣੇ ਉਹ ਟਰੱਕ ਹੈ, ਤਾਂ ਇੱਥੋਂ ਟਰੱਕ ਕਿਤੇ ਗਿਆ ਹੋਣਾ ਨਾ, ਰਾਤ ਕਿਤੇ ਗੱਲ ਹੋਈ ਹੈ। ਫਿਰ ਇਹਦੀ ਵਿਚਾਰੇ ਦੀ ਕੋਈ ਗਲਤੀ ਨਹੀਂ ਹੋਣੀ, ਹੈ ਨਾ, ਅਤੇ ਨੁਕਸਾਨ ਹੋ ਗਿਆ, ਚਲੋ ਬੱਚਤ ਰਹਿ ਗਈ, ਪਰ ਉਹ ਵਿਚਾਰਾ, ਹੈ ਨਾ। ਤਾਂ ਆਹ ਹਾਲਾਤ ਹੋਏ ਜੀ ਟਰੱਕ ਦੇ, ਉਹ ਕੈਬਨ ਪਰਲੇ ਪਾਸੇ ਪਲਟ ਗਿਆ। ਇਹ ਫਰੀਦਕੋਟ ਹੈ, ਆ ਬਠਿੰਡਾ ਰੋਡ ਹੈ, ਇੱਧਰ ਫਰੀਦਕੋਟ ਰੋਡ। ਫਰੀਦਕੋਟ ਵਾਲੀਓ ਸਵਿਫਟ ਕਾਰ ਆ ਰਹੀ ਸੀਗੀ ਰਾਤ, ਉਰੋ ਸਪੀਡ ਕੰਟਰੋਲ ਰੱਖਿਆ ਕਰੋ। ਮੋੜ ਤੋਂ ਦੀ ਕਾਰ ਇੱਧਰ ਆ ਚੜੀ, ਅਤੇ ਟਰੱਕ ਹੇਠਾਂ ਆ ਗਈ, ਹੈ ਨਾ। ਨੁਕਸਾਨ ਸ਼ੱਕ ਦੋ ਤਰ੍ਹਾਂ ਦੇ ਕਰੇ, ਲੋ ਹੱਥ 'ਚ ਸਿੱਧਾ ਹੋ ਜਾਂਦਾ ਕੁੱਟ ਕੇ, ਪਰ ਬੰਦਾ ਨਹੀਂ, ਹੈ ਨਾ। ਤਾਂ ਯਾਰ ਇੱਕ ਮੈਸੇਜ ਹੀ ਆ, ਮੈਂ ਕੋਈ ਵਿਊ ਖਾਤਰ ਤਾਂ ਪਾ ਨਹੀਂ ਰਿਹਾ, ਵੀ ਮੇਰਾ ਕਦੇ ਵੀ ਨਹੀਂ ਪਾਈ ਆਪਾਂ, ਜੀ ਨਹੀਂ ਕਰਦੇ, ਹੈ ਨਾ। ਪਰ ਆਹ ਦੇਖ ਕੇ ਯਾਰ ਆਪ ਵੀ ਸੜਕ 'ਤੇ ਰਹੀਦਾ ਗਾ, ਤਾਂ ਇੱਦਾਂ ਕਰਕੇ ਯਾਰ ਡਰ ਲੱਗਦਾ। ਇਹਦੀ ਕੋਈ ਗਲਤੀ ਨਹੀਂ ਹੋਣੀ ਕਹਿੰਦੇ ਆ ਵੀ, ਅਤੇ ਕਾਰ ਹੁਣ ਮੂਹਰੇ ਆ ਗਈ ਤਾਂ ਕੀ ਕਰ ਸਕਦੇ ਹਾਂ।